ਮੇਰਾ ਨਾਮ ਤੇਜਾ ਸਿੰਘ ਦੰਦੀਵਾਲ। ਸਾਡੀ ਮਾਰਕੀਟ ਕਮੇਟੀ ਭੁੱਚੋ ਮੰਡੀ ਮੂਹਰੇ ਸਾਡੇ ਮਜ਼ਦੂਰਾਂ ਦੀ ਜਿਹੜੀ ਇਹਨਾਂ ਨੇ ਵਾਅਦਾ ਕੀਤਾ ਸੀ ਸਰਕਾਰ ਨੇ, ਉਹ ਮਜ਼ਦੂਰੀ ਵਧਾਉਣੀ ਸੀ, ਇਹਨਾਂ ਨੇ ਨਹੀਂ ਵਧਾਈ। ਇਸ ਰੋਸ ਵਜੋਂ ਅਸੀਂ ਅੱਜ ਮਾਰਕੀਟ ਕਮੇਟੀ ਮੂਹਰੇ ਹਰ ਰੋਜ਼ ਇੱਕ ਘੰਟੇ ਦਾ ਰੋਸ ਪ੍ਰਦਰਸ਼ਨ ਕਰਿਆ ਕਰਾਂਗੇ ਔਰ ਡੇਲੀ ਇੱਥੇ ਬੈਠ ਕੇ ਕਿ ਮਜ਼ਦੂਰਾਂ ਨੂੰ ਮਜ਼ਦੂਰੀ ਮਿਲੇ, ਇਹਨੂੰ ਮਜ਼ਦੂਰੀ ਦਾ ਹੱਕ ਮਿਲੇ। ਅਸੀਂ ਇਸ ਚਾਹੁੰਦੇ ਹਾਂ ਵੀ ਗੰਗੀ ਬੋਲੀ ਸਰਕਾਰ ਜਿਹੜੀ ਹੈ ਇਹਦੀਆਂ ਅੱਖਾਂ ਖੁੱਲ੍ਹਣ ਕਿ ਜਿਹੜੇ ਇਹਨਾਂ ਨੇ ਵਾਅਦੇ ਕਰਕੇ ਮਜ਼ਦੂਰਾਂ ਨਾਲ ਲੋਕਾਂ ਨਾਲ ਜਿਹੜੇ ਵਾਅਦੇ ਕਰੇ ਸੀ ਉਹ ਪੂਰੇ ਨਹੀਂ ਹੋ ਰਹੇ। ਔਰ ਇਸ ਕਰਕੇ ਸਾਡਾ ਇਹ ਰੋਸ ਜਿਹੜਾ ਧਰਨਾ ਡੇਲੀ ਇੱਕ ਘੰਟਾ ਧਰਨਾ ਦਿਆ ਕਰਾਂਗੇ ਜਦ ਤੱਕ ਸਾਡਾ ਇਹ ਮੰਗਾਂ ਪੂਰੀਆਂ ਨਹੀਂ ਹੋਈਆਂ। ਮਜ਼ਦੂਰਾਂ ਨਾਲ ਇਸ ਮੌਕੇ ਕਾਂਗਰਸ ਪਾਰਟੀ ਸ਼ਾਮਿਲ ਹੋਏ ਨੇ, ਤੁਸੀਂ ਪਾਰਟੀ ਬੇਸ ਤੇ ਇਹਨਾਂ ਦਾ ਸਹਿਯੋਗ ਦੇ ਰਹੇ ਹੋ? ਨਹੀਂ, ਅਸੀਂ ਸਾਡੀ ਮੰਡੀ ਦਾ ਭਰਪਾ, ਅਸੀਂ ਮਜ਼ਦੂਰ ਹਾਂ, ਅਸੀਂ ਵੀ ਮਜ਼ਦੂਰ ਹਾਂ। ਇਹ ਸਾਡੀਆਂ ਪੰਜਾਬ ਸਰਕਾਰ ਕੋਲੋਂ ਮੰਗਾਂ ਹੈ ਜੀ ਮਜ਼ਦੂਰੀ ਦੇ ਬਾਬਤ, ਜੋ ਕਿ ਅੱਜ ਕੱਲ੍ਹ ਜਿਹੜੀ ਮਜ਼ਦੂਰੀ ਹੈ ਮਹਿੰਗਾਈ ਦੇ ਹਿਸਾਬ ਨਾਲ ਬਹੁਤ ਹੀ ਜ਼ਿਆਦਾ ਘੱਟ ਹੈ। ਜਿਹੜੀ ਮਹਿੰਗਾਈ ਹੈ ਦਿਨੋਂ ਦਿਨ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਸਾਡੇ ਮਜ਼ਦੂਰਾਂ ਦੀ ਜਿਹੜੀ ਮਾਲੀ ਹਾਲਤ ਹੈ ਬਹੁਤ ਹੀ ਜ਼ਿਆਦਾ ਮਾੜੀ ਹੈ। ਸਾਡਾ ਰੋਟੀ ਦਾ ਵੀ ਗੁਜ਼ਾਰਾ ਅੱਜ ਕੱਲ੍ਹ ਬੜੀ ਮੁਸ਼ਕਲ ਨਾਲ ਹੋ ਰਿਹਾ। ਅਸੀਂ 2 ਸਾਲਾਂ ਤੋਂ ਪੰਜਾਬ ਸਰਕਾਰ ਦੇ ਮਗਰ ਪਏ ਹੋਏ ਹਾਂ ਸਾਡੀ ਮਜ਼ਦੂਰੀ ਵਾਸਤੇ। 2 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸਾਡੇ ਮਜ਼ਦੂਰਾਂ ਨਾਲ ਵਾਅਦਾ ਕੀਤਾ ਸੀ ਕਿ ਤੁਹਾਡੀ ਮਜ਼ਦੂਰੀ ਵਿੱਚ 25% ਦਾ ਵਾਅਦਾ ਕੀਤਾ ਜਾਵੇਗਾ, ਅਤੇ ਪੰਜਾਬ ਸਰਕਾਰ ਨੇ 2 ਸਾਲ ਬੀਤਣ ਦੇ ਬਾਵਜੂਦ ਵਾਰ ਵਾਰ ਸਾਡੇ ਨਾਲ ਮਤਲਬ ਕਿ ਮੀਟਿੰਗਾਂ ਕਰਕੇ ਸਾਨੂੰ ਝੂਠੇ ਲਾਰੇ ਲਾਏ ਗਏ ਆ, ਪਰ ਸਾਡੀ ਮਜ਼ਦੂਰੀ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ। ਹੁਣ ਵੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਜੇ ਸਾਡਾ ਗੁਆਂਢੀ ਸੂਬਾ ਹਰਿਆਣਾ ਉਹਦੇ ਵਿੱਚ ਕੀ ਹੈ ਸਾਡੇ ਪੰਜਾਬ ਦੇ ਮਜ਼ਦੂਰਾਂ ਨਾਲੋਂ 2.70 ਰੁਪਏ ਦਾ ਜਿਹੜਾ ਮਜ਼ਦੂਰੀ ਦਾ ਜੋ ਫਰਕ ਹੈ ਅਤੇ ਹਰਿਆਣੇ ਦੀ ਮਜ਼ਦੂਰੀ ਦੇ ਵਿੱਚ 2.70 ਰੁਪਏ ਦਾ ਜਿਹੜਾ ਫਰਕ ਹੈ ਉਹ ਕਿਉਂ ਹੈ, ਅਤੇ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ ਵੀ ਉਹਨਾਂ ਦੇ ਬਰਾਬਰ ਮਜ਼ਦੂਰੀ ਕਿਉਂ ਨਹੀਂ ਦਿੱਤੀ ਜਾਂਦੀ? ਇੱਕ ਲੋਡਿੰਗ ਹੈ ਜੋ ਕਿ ਸਾਡੀ ਬਹੁਤ ਹੀ ਜ਼ਿਆਦਾ ਘੱਟ ਹੈ, ਸਾਨੂੰ ਪ੍ਰਾਈਵੇਟ ਲੇਬਰਾਂ ਕੋਲੋਂ ਜਿਹੜੀ ਪੈਂਦੀ ਹੈ ਸੀਜ਼ਨ ਮੁਤਾਬਕ, ਕਿਉਂਕਿ ਸਾਡੇ ਕੋਲ ਕੰਮ ਇੰਨਾ ਜ਼ਿਆਦਾ ਹੈ ਕਿ ਅਸੀਂ 24 ਘੰਟੇ ਕੰਮ ਕਰਦੇ ਹਾਂ। ਇਸ ਦੇ ਕਾਰਨ ਜਿਹੜਾ ਮਜ਼ਦੂਰ ਹੈ ਸਾਡਾ ਇਹ ਡਬਲ ਮਤਲਬ ਕਿ ਮਿਹਨਤ ਕਰਦਾ ਹੈ ਨਾਲ ਲੋਡਿੰਗ ਕਰਦਾ ਹੈ, ਉਹਦੇ ਵਿੱਚ ਸਾਨੂੰ ਮਜ਼ਦੂਰਾਂ ਨੂੰ ਲੋਡਿੰਗ ਦੇ ਵਿੱਚ ਦਿੱਕਤ ਆਉਂਦੀ ਹੈ। ਕਾਰਨ ਇਹ ਕਿ ਜਿਹੜੀ ਸਾਡੀ ਲੋਡਿੰਗ ਹੈ ਮਜ਼ਦੂਰੀ ਹੈ ਉਹ 1.80 ਰੁਪਏ ਹੈ ਸਰਕਾਰ ਵੱਲੋਂ ਸਾਨੂੰ ਦਿੱਤੀ ਗਈ ਹੈ, ਅਤੇ ਪ੍ਰਾਈਵੇਟ ਲੇਬਰ ਤੋਂ ਅਸੀਂ ਜੇ ਉਹਦੀ ਲੋਡਿੰਗ ਕਰਾਉਂਦੇ ਹਾਂ ਤਾਂ ਪ੍ਰਾਈਵੇਟ ਲੇਬਰ ਨੂੰ ਸਾਨੂੰ 3.5 ਰੁਪਏ ਮਜ਼ਦੂਰੀ ਦੇਣੀ ਪੈਂਦੀ ਹੈ, ਜੋ ਕਿ ਆੜ੍ਹਤੀ ਆਪ ਦੇ ਕੋਲੋਂ ਦੇਣ ਦੇ ਬਜਾਏ ਸਾਡੀ ਮਜ਼ਦੂਰੀ ਦੇ ਵਿੱਚੋਂ ਹੀ ਕੱਟ ਕੇ ਉਸ ਪ੍ਰਾਈਵੇਟ ਲੇਬਰ ਨੂੰ ਭੁਗਤਾਨ ਕਰਦਾ, ਜੋ ਕਿ ਇੱਕ ਸਾਡੇ ਨਾਲ ਬਹੁਤ ਵੱਡਾ ਇਹ ਵੀ ਧੱਕਾ ਹੈ। ਇਸ ਲਈ ਅਸੀਂ ਵਾਰ ਵਾਰ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਕਿ ਜਿਹੜੀ ਸਾਡੇ ਮਜ਼ਦੂਰਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਮਾੜੀ ਹੈ, ਅਤੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ, ਅਤੇ 25% ਵਾਅਦਾ ਜੋ ਪੰਜਾਬ ਸਰਕਾਰ ਨੇ ਸਾਡੇ ਮਜ਼ਦੂਰਾਂ ਨਾਲ ਕੀਤਾ ਸੀ ਉਹ ਕੀਤਾ ਜਾਵੇ, ਅਤੇ ਹਰਿਆਣੇ ਦੇ ਬਰਾਬਰ ਸਾਡੀ ਮਜ਼ਦੂਰੀ ਕੀਤੀ ਜਾਵੇ, ਅਤੇ ਜੋ ਲੋਡਿੰਗ ਹੈ ਉਹ ਸਾਡੀ 5 ਰੁਪਏ ਪ੍ਰਤੀ ਨਗਦ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ, ਅਤੇ ਇੱਕ ਜੋ ਭਰਤੀ ਹੈ 37 ਕਿਲੋ ਸਾਢੇ 37 ਕਿਲੋ ਅਤੇ 50 ਕਿਲੋ ਉਸ ਦੇ ਵਿੱਚ ਵੀ ਰੇਟ ਦਾ ਜਿਹੜਾ ਬਹੁਤ ਜ਼ਿਆਦਾ ਫਰਕ ਹੈ। ਅਸੀਂ ਇਹ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ 50 ਕਿਲੋ ਅਤੇ 37.5 ਕਿਲੋ ਭਰਤੀ ਦਾ ਰੇਟ ਹੈ ਜਿਹੜਾ ਬਰਾਬਰ ਕੀਤਾ ਜਾਵੇ। ਇੰਨੇ ਅਸੀਂ ਮੰਗ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਸੀਂ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਜੋ ਮਜ਼ਦੂਰਾਂ ਦੀ ਮਜ਼ਦੂਰੀ ਹੈ ਸਾਡਾ ਬਣਦਾ ਹੱਕ ਹੈ ਉਹ